ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੀ YouTube ਚੈਨਲ ਪੰਜਾਬ ਸਟੱਡੀ ਹਬ ਤੇ ਦੋਸਤੋ ਜੇਕਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਪੰਜਾਬ ਖੇਡ ਮੇਲਾ 2022 ਕਰਵਾਇਆ ਜਾ ਰਿਹਾ ਦੋਸਤੋ ਪੰਜਾਬ ਸਰਕਾਰ ਵੱਲੋਂ ਤੇ ਇਹ ਖੇਡ ਮੇਲਾ ਇਸ ਤਰ੍ਹਾਂ ਦਾ ਕਿ ਇਹਦੇ ਵਿੱਚ ਹਰ ਉਮਰ ਵਰਗ ਦਾ ਜਿਹੜਾ ਕੈਂਡੀਡੇਟ ਆ ਜਾਂ ਖਿਡਾਰੀ ਆ ਉਹ ਭਾਗ ਲੈ ਸਕਦਾ ਤੇ ਜੇਕਰ ਤੁਸੀਂ ਕਿਸੇ ਪਿੰਡ ਤੋਂ ਵੀ ਬਿਲੋਂਗ ਕਰਦੇ ਹੋ ਤੁਸੀਂ ਕਦੇ ਕੋਈ ਖੇਡ ਖੇਡੀ ਨਹੀਂ ਤੁਸੀਂ ਫਿਰ ਵੀ ਇਸ ਦੇ ਵਿੱਚ ਭਾਗ ਲੈ ਸਕਦੇ ਹੋ ਬੜੀ ਇੱਕ ਅੱਛੀ ਜਿਹੜੀ ਸੋਚ ਪੰਜਾਬ ਸਰਕਾਰ ਵੱਲੋਂ ਇਹਦੇ ਪ੍ਰਤੀ ਰੱਖੀ ਗਈ ਆ ਤੇ ਬਹੁਤ ਵਧੀਆ ਲੈਵਲ ਦਾ ਇਹ ਪੰਜਾਬ ਖੇਡ ਮੇਲਾ ਜਿਹਦੇ ਵਿੱਚ ਤੁਹਾਨੂੰ ਪ੍ਰਾਈਜ਼ ਮਨੀ ਦੇ ਤੌਰ ਤੇ ਸਰਟੀਫਿਕੇਟ ਪਲੱਸ ਕੈਸ਼ ਪ੍ਰਾਈਜ਼ ਵੀ ਜਿਹੜਾ ਤੁਹਾਨੂੰ ਮਿਲਣਾ ਉਹ ਕਿੰਨਾ ਕੈਸ਼ ਪ੍ਰਾਈਜ਼ ਆ ਕਿਹੜੀਆਂ-ਕਿਹੜੀਆਂ ਖੇਡਾਂ ਇਹਦੇ ਵਿੱਚ ਆ ਕਿਵੇਂ ਤੁਸੀਂ ਰਜਿਸਟ੍ਰੇਸ਼ਨ ਕਰਨੀ ਆ ਸਾਰਾ ਪ੍ਰੋਸੈਸ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਥੋੜੀ ਲੰਬੀ ਜ਼ਰੂਰ ਹੋ ਸਕਦੀ ਆ ਬਟ ਐਂਡ ਤੱਕ ਜ਼ਰੂਰ ਦੇਖਿਓ ਬਹੁਤ ਇਨਫੋਰਮੇਟਿਵ ਆ ਆਪਣੇ ਬੱਚਿਆਂ ਨੂੰ ਇਸ ਵੀਡੀਓ ਦੇ ਇਸ ਜਿਹੜਾ ਖੇਡ ਮੇਲਾ ਦੇ ਵਿੱਚ ਭਾਗ ਜ਼ਰੂਰ ਦਿਵਾਓ ਤੇ ਖੁਦ ਵੀ ਭਾਗ ਜ਼ਰੂਰ ਲਓ ਤੇ ਦੋਸਤੋ ਪੰਜਾਬ ਖੇਡ ਮੇਲਾ 2022 ਦਾ ਨਾਮ ਦਿੱਤਾ ਗਿਆ ਇਹ ਤਿੰਨ ਤਰ੍ਹਾਂ ਤਿੰਨ ਪੱਧਰ ਤੇ ਹੋਣਾ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਬਲਾਕ ਲੈਵਲ ਆ ਜੀ ਬਲਾਕ ਪੱਧਰ ਤੇ ਉਸ ਤੋਂ ਬਾਅਦ ਡਿਸਟ੍ਰਿਕਟ ਲੈਵਲ ਜ਼ਿਲ੍ਹਾ ਪੱਧਰ ਤੇ ਐਂਡ ਤੇ ਆ ਜੀ ਸਟ੍ਰੀਟ ਲੈਵਲ ਠੀਕ ਆ ਰਾਜ ਪੱਧਰ ਤੇ ਤੇ ਇਹਦੇ ਵਿੱਚ ਆਨਨੇਬਲ ਜਿਹੜੇ ਮਨਿਸਟਰ ਨੇ ਸਪੋਰਟਸ ਐਂਡ ਯੂਥ ਸਰਵਿਸਿਜ਼ ਯੂਥ ਅਫੇਅਰਸ ਦੇ ਗੁਰਮੀਤ ਸਿੰਘ ਮੀਤ ਹੇਰ ਉਹ ਸਾਰਾ ਇਹਨੂੰ ਦੇਖ ਰੱਖੇ ਦੀ ਕਰ ਰਹੇ ਆ ਪਰਸਨਲੀ ਤੇ ਇਹਦੇ ਵਿੱਚ ਇੰਪੋਰਟੈਂਟ ਡੇਟਸ ਮੈਂ ਤੁਹਾਨੂੰ ਦੱਸਾਂ ਸਭ ਤੋਂ ਪਹਿਲਾਂ ਇਹਦਾ ਜਿਹੜਾ ਆਗਾਜ਼ ਹੈ ਉਹ 29 8 2022 ਨੂੰ ਹੋਣਾ ਪਰ ਉਸ ਤੋਂ ਪਹਿਲਾਂ ਤੁਹਾਡੀ ਰਜਿਸਟ੍ਰੇਸ਼ਨ ਹੋਣੀ ਜ਼ਰੂਰੀ ਆ ਇਹ ਜਿਹੜਾ ਵੈਬਸਾਈਟ ਆ ਇਹ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇੱਥੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰवानी ਆ ਜੇਕਰ ਤੁਸੀਂ ਕਿਸੇ ਖੇਡ ਦੇ ਵਿੱਚ ਭਾਗ ਲੈਣਾ ਤੁਸੀਂ ਟੀਮ ਦੇ ਤੌਰ ਤੇ ਵੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਮੰਨ ਲਓ ਤੁਸੀਂ ਵਾਲੀਬਾਲ ਦੇ ਵਿੱਚ ਭਾਗ ਲੈਣਾ ਤੁਸੀਂ ਕਿਸੇ ਪਿੰਡ ਤੋਂ ਬਿਲੋਂਗ ਕਰਦੇ ਹੋ ਠੀਕ ਆ ਪਿੰਡ ਨਾਲ ਸਬੰਧਿਤੋਂ ਤੁਹਾਡੀ ਵਾਲੀਬਾਲ ਦੀ ਟੀਮ 8-10 ਜਣਾਂ ਦੀ ਤਾਂ ਤੁਸੀਂ ਟੀਮ ਦੇ ਤੌਰ ਤੇ ਵੀ ਆਪਣੀ ਰਜਿਸਟ੍ਰੇਸ਼ਨ ਜਿਹੜੀ ਕਰਵਾ ਸਕਦੇ ਹੋ ਠੀਕ ਹੈ ਉਸ ਤੋਂ ਇਲਾਵਾ ਜੇਕਰ ਤੁਸੀਂ ਆਪਣੀ ਇਕੱਲੇ ਦੀ ਰਜਿਸਟ੍ਰੇਸ਼ਨ ਕਰਾਉਣੀ ਆ ਉਹ ਵੀ ਕਰਵਾ ਸਕਦੇ ਹੋ ਕਿਸੇ ਖੇਡ ਦੇ ਲਈ ਇਹਦੇ ਵਿੱਚ ਰਜਿਸਟ੍ਰੇਸ਼ਨ ਆ ਜਿਹੜੀ 11 8 2022 ਤੋਂ ਸਟਾਰਟ ਹੋ ਚੁੱਕੀ ਆ 25 8 2022 25 ਅਗਸਤ 2022 ਤੱਕ ਰਜਿਸਟ੍ਰੇਸ਼ਨ ਹੋਣੀ ਆ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਹੋਏਗੀ ਉਹੀ ਅੱਗੇ ਖੇਡ ਦੇ ਵਿੱਚ ਭਾਗ ਲੈ ਸਕਦੇ ਆ ਉਹੀ ਅੱਗੇ ਖੇਡ ਸਕਦੇ ਆ ਤੇ ਬਲਾਕ ਲੈਵਲ ਦੇ ਜਿਹੜੇ ਟੂਰਨਾਮੈਂਟ ਨੇ ਉਹ 1 ਸਤੰਬਰ 2022 ਤੋਂ ਲੈ ਕੇ 7 ਸਤੰਬਰ 2022 ਤੱਕ ਚੱਲਣੇ ਆ ਉਸ ਤੋਂ ਬਾਅਦ ਜਿਹੜੇ ਕੈਂਡੀਡੇਟ ਬਲਾਕ ਲੈਵਲ ਤੋਂ ਸਿਲੈਕਟ ਹੋਣਗੇ ਅੱਗੇ ਜ਼ਿਲ੍ਹਾ ਲੈਵਲ ਤੇ ਜਾਣਗੇ ਉਹਨਾਂ ਦੇ ਜਿਹੜੇ ਟੂਰਨਾਮੈਂਟ ਆ ਉਹ 12 ਸਤੰਬਰ 2022 ਤੋਂ ਸਟਾਰਟ ਹੋ ਕੇ 22 ਸਤੰਬਰ 2022 ਤੱਕ ਚੱਲਣੇ ਆ ਉਸ ਤੋਂ ਬਾਅਦ ਆ ਜਾਂਦਾ ਜੀ ਸਟੇਟ ਲੈਵਲ ਦਾ ਜਿਹੜਾ ਰਾਜ ਪੱਧਰ ਦਾ ਟੂਰਨਾਮੈਂਟ ਹੈ ਉਹਦੇ ਚ 10 ਅਕਤੂਬਰ 2022 ਤੋਂ ਉਹਨਾਂ ਦਾ ਟੂਰਨਾਮੈਂਟ ਸਟਾਰਟ ਹੋ ਕੇ 21 ਅਕਤੂਬਰ 2022 ਤੱਕ ਚੱਲਣਾ ਤੇ ਇਹ ਜਿਹੜੀਆਂ ਇੰਪੋਰਟੈਂਟ ਡੇਟਸ ਨੇ ਇਹਨੂੰ ਧਿਆਨ ਚ ਰੱਖਣਾ ਤੁਸੀਂ ਇਹਦਾ ਵੀਡੀਓ ਨੂੰ ਪਾਜ਼ ਕਰਕੇ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਉਸ ਤੋਂ ਬਾਅਦ ਖੇਡ ਮੇਲੇ ਦੇ ਬਾਰੇ ਮੈਂ ਤੁਹਾਨੂੰ ਮੋਟਾ-ਮੋਟਾ ਦੱਸ ਦਿੰਦਾ ਕਿ ਤਿੰਨ ਲੈਵਲ ਹੈ ਇਹਦੇ ਬਲੌਕ ਲੈਵਲ ਡਿਸਟ੍ਰਿਕਟ ਲੈਵਲ ਤੇ ਸਟੇਟ ਲੈਵਲ ਠੀਕ ਹੈ ਜੀ ਤੇ ਆਬਜੈਕਟਿਵ ਕੀ ਆ ਇਹਨਾਂ ਦਾ ਆਬਜੈਕਟਿਵ ਆ ਜੀ ਸਪੋਰਟਸ ਦੇ ਸਟੈਂਡਰਡ ਨੂੰ ਸੁਧਾਰਨਾ ਸਪੋਰਟਸ ਦੇ ਪੱਧਰ ਨੂੰ ਸੁਧਾਰਨਾ ਟੈਲੈਂਟ ਦੀ ਖੋਜ ਕਰਨੀ ਠੀਕ ਹੈ ਹੁਣ ਇਹ ਹੁੰਦਾ ਵੀ ਪਿੰਡਾਂ ਦੇ ਵਿੱਚ ਟੈਲੈਂਟ ਬਹੁਤ ਹੈ ਨੌਜਵਾਨਾਂ ਦੇ ਵਿੱਚ ਪਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿਸੇ ਨਾ ਕਿਸੇ ਕਾਰਨ ਕਰਕੇ ਤੇ ਐਸਾ ਕੋਈ ਨੌਜਵਾਨ ਵੀਡੀਓ ਦੇਖ ਰਿਹਾ ਉਦੀ ਰਨਿੰਗ ਬਹੁਤ ਵਧੀਆ ਉਹ 100 ਮੀਟਰ ਦੀ ਵਧੀਆ ਰਨਿੰਗ ਕਰਦਾ 400 ਦੀ ਵਧੀਆ ਕਰਦਾ 800 ਮੀਟਰ ਦੀ ਵਧੀਆ ਰਨਿੰਗ ਕਰਦਾ ਜਾਂ ਲੌਂਗ ਜੰਪ ਉਹਦਾ ਵਧੀਆ ਠੀਕ ਹੈ ਜਾਂ ਫਿਰ ਕੋਈ ਹੋਰ ਖੇਡ ਉਹ ਵਧੀਆ ਖੇਡਦਾ ਸ਼ਾਰਟ ਪੁੱਟ ਵਧੀਆ ਥਰੋ ਕਰਦਾ ਤਾਂ ਐਸਾ ਨੌਜਵਾਨ ਖੁਦ ਆਪਣੀ ਰਜਿਸਟ੍ਰੇਸ਼ਨ ਕਰ ਲੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆਪਣੇ ਮੋਬਾਈਲ ਤੋਂ ਰਜਿਸਟ੍ਰੇਸ਼ਨ ਆਪਣੀ ਕਰ ਸਕਦਾ ਉਹ ਕਿਵੇਂ ਕਰਨੀ ਹੈ ਇਸ ਵੀਡੀਓ ਦੇ ਵਿੱਚ ਵੀ ਮੈਂ ਦੱਸਣਾ ਤੁਹਾਨੂੰ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਤੇ ਜੇਕਰ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤੇ ਤੁਹਾਡੇ ਨੇੜੇ ਕੋਈ ਐਸਾ ਬੱਚਾ ਹੈਗਾ ਜਿਹੜਾ ਵਧੀਆ ਕੋਈ ਖੇਡ ਖੇਡਦਾ ਤਾਂ ਉਹਨਾਂ ਦੀ ਰਜਿਸਟ੍ਰੇਸ਼ਨ ਤੁਸੀਂ ਆਪਣੇ ਪੱਧਰ ਤੇ ਕਰਵਾ ਦਿਓ ਇਹਦੇ ਵਿੱਚ ਕੋਈ ਪੈਸਾ ਨਹੀਂ ਲੱਗਣਾ ਫ੍ਰੀ ਆਫ ਕਾਸਟ ਤੇ ਇਹਨਾਂ ਦਾ ਏਮ ਆ ਜਿਹੜਾ ਮਕਸਦ ਇਹ ਹੀ ਆ ਕਿ ਸਪੋਰਟਸ ਦੇ ਨਾਲ ਵੱਧ ਤੋਂ ਵੱਧ ਨੌਜਵਾਨਾਂ ਨੂੰ ਜਿਹੜਾ ਜੋੜਿਆ ਜਾ ਸਕੇ ਤੇ ਹੈਲਥੀ ਤੇ ਹੈਲਦੀ ਤੇ ਹੈਪੀ ਪੰਜਾਬ ਜਿਹੜਾ ਇੱਕ ਬਣਾਇਆ ਜਾ ਸਕੇ ਉਸ ਤੋਂ ਬਾਅਦ ਜੀ ਡੇਟਸ ਮੈਂ ਤੁਹਾਨੂੰ ਨੋਟ ਕਰਵਾ ਦਿੱਤੀਆਂ ਨੇ ਇੰਪੋਰਟੈਂਟ ਡੇਟਸ ਜਿਹੜੀਆਂ ਹੈਗੀਆਂ ਟਰਨਮੈਂਟ ਕਦੋਂ ਸਟਾਰਟ ਆ ਰਜਿਸਟ੍ਰੇਸ਼ਨ ਕਦੋਂ ਆ ਹੁਣ ਸਭ ਤੋਂ ਇੰਪੋਰਟੈਂਟ ਨੋਟ ਕਰ ਲਓ ਕਿ ਉਮਰ ਹੱਦ ਦੇ ਵਿੱਚ ਕੀ ਰੱਖੀ ਗਈ ਆ ਠੀਕ ਹੈ ਸਭ ਤੋਂ ਪਹਿਲਾਂ ਇਹਦੇ ਵਿੱਚ ਉਮਰ ਹੱਦ ਰੱਖੀ ਗਈ ਹੈ ਜੀ ਅੰਡਰ 14 ਅੰਡਰ 14 ਤੋਂ ਭਾਵ ਹੈ ਕਿ 14 ਸਾਲ ਤੋਂ ਨੀਚੇ-ਨੀਚੇ ਦੇ ਜਿਹੜੇ ਨੌਜਵਾਨ ਨੇ ਮੁੰਡਾ ਚਾਹੇ ਉਹ ਕੁੜੀ ਹੈ ਠੀਕ ਹੈ ਉਹਦੇ ਵਿੱਚ ਉਹਨਾਂ ਦਾ ਜਨਮ ਜੇਕਰ 1 1 2009 ਤੋਂ ਬਾਅਦ ਦਾ 2009 ਤੋਂ ਬਾਅਦ ਦਾ ਮਤਲਬ ਹੈ ਕਿ 2008 7 6 ਐਦਾਂ ਨਾ ਹੋਵੇ 2009 10 11 ਐਦਾਂ ਹੋ ਸਕਦਾ ਠੀਕ ਹੈ ਅੰਡਰ 14 ਉਹਦੇ ਵਿੱਚ ਆਉਣਾ ਹੈ ਅੰਡਰ 14 ਤੋਂ ਭਾਵ ਹੈ ਕਿ 14 ਸਾਲ ਦੇ ਨੀਚੇ-ਨੀਚੇ ਵਾਲੇ ਬੱਚੇ ਠੀਕ ਹੈ ਉਮਰ ਹੱਦ ਜਿਨ੍ਹਾਂ ਦੀ 14 ਤੱਕ ਹੋਵੇ 14 ਤੋਂ ਵੱਧ ਨਾ ਹੋਵੇ ਤਾਂ ਇਹ ਤੁਸੀਂ ਦੇਖ ਲੈਣਾ ਵੀ ਉਹਦੀ ਜਨਮ ਮਿਤੀ ਆ ਜਿਹੜੀ 1 1 2009 ਤੋਂ ਜਿਹੜੀ ਬਾਅਦ ਦੀ ਹੋਵੇ ਠੀਕ ਹੈ ਭਾਵ ਕਿ 1 1 2009 ਤੋਂ ਬਾਅਦ ਦੀ ਦਾ ਮਤਲਬ ਹੈ ਵੀ ਜਿਵੇਂ 1 ਮਈ 2009 ਹੋਵੇ 1 ਜੂਨ 2009 ਹੋਵੇ ਠੀਕ ਆ ਜਾਂ 10 ਜੂਨ 2009 ਹੋਵੇ ਐਦਾਂ ਐਦਾਂ ਹੋਵੇ ਜਾਂ ਫਿਰ 2010 ਹੋਵੇ ਇਹ ਤੁਸੀਂ ਆਪਣਾ ਚੈੱਕ ਕਰ ਲੈਣਾ ਉਸ ਤੋਂ ਬਾਅਦ ਆ ਜਾਂਦੀ ਜੀ ਅੰਡਰ 17 ਠੀਕ ਹੈ 17 ਸਾਲ ਤੋਂ ਨੀਚੇ ਵਾਲੇ ਨੌਜਵਾਨ ਚਾਹੇ ਉਹ ਮੁੰਡਾ ਚਾਹੇ ਕੁੜੀ ਹੈ ਇੱਕ ਇੱਕ 2006 ਤੋਂ ਬਾਅਦ ਦਾ ਜਨਮ ਹੋਵੇ ਅੰਡਰ 21 एक, 21 ਸਾਲ ਤੱਕ ਦੇ ਬੱਚੇ ਠੀਕ ਹੈ ਅੰਡਰ 21 ਇੱਕ ਇੱਕ 2002 ਤੋਂ ਬਾਅਦ ਦਾ ਜਨਮ ਹੋਵੇ ਉਸ ਤੋਂ ਬਾਅਦ ਆ ਜਾਂਦੇ ਜੀ 21 ਤੋਂ 40 ਵਾਲੇ ਠੀਕ ਹੈ ਅੰਡਰ 21 ਟੂ 40 ਜਿਨ੍ਹਾਂ ਦੀ ਉਮਰ 21 ਤੋਂ 40 ਦੇ ਵਿੱਚ ਹੈ ਇਹਨਾਂ ਦਾ ਜਨਮ ਇੱਕ ਇੱਕ 1983 ਤੋਂ ਬਾਅਦ ਦਾ ਹੋਵੇ ਤੇ ਅੰਡਰ 41 ਤੋਂ 50 ਜਿਨ੍ਹਾਂ ਦਾ ਜਨਮ 1 1973 ਤੋਂ ਬਾਅਦ ਦਾ ਤੇ ਉਸ ਤੋਂ ਬਾਅਦ ਆ ਜਾਂਦੀ ਅਬਵ 50 ਬੋਰਨ ਆਫਟਰ 1 1963 ਤਾਂ 1963 ਤੋਂ ਬਾਅਦ ਦਾ ਜਿਨ੍ਹਾਂ ਦਾ ਜਨਮ ਹੈ ਤਾਂ ਇਹਦੇ ਵਿੱਚ 50 ਸਾਲ ਤੋਂ ਵੱਧ ਉਮਰ ਤੱਕ ਦੇ ਵੀ ਜਿਹੜੇ ਬਜ਼ੁਰਗ ਹੈ ਉਹ ਵੀ ਭਾਗ ਲੈ ਸਕਦੇ ਆ ਠੀਕ ਹੈ ਜਿਨ੍ਹਾਂ ਨੂੰ ਸ਼ੌਕ ਹੈ ਕੋਈ ਰਨਿੰਗ ਵਗੈਰਾ ਦਾ ਸ਼ੌਕ ਹੈ ਕੋਈ ਹੋਰ ਸ਼ੌਕ ਹੈ ਕਿਸੇ ਖੇਡ ਦਾ ਤਾਂ ਇਹਦੇ ਵਿੱਚ ਭਾਗ ਲੈ ਸਕਦੇ ਕੋਈ ਬਹੁਤ ਹੀ ਵਧੀਆ ਜਿਹੜੀ ਇਹਨਾਂ ਨੇ ਸਿਸਟਮ ਜਿਹੜਾ ਇਹ ਜਾਰੀ ਕੀਤਾ ਤੇ ਇਹਦੇ ਵਿੱਚ ਇਹਦੀਆਂ ਕੰਡੀਸ਼ਨਰ ਨੋਟ ਕਰ ਲਓ ਉਮਰ ਦਾ ਮੈਂ ਤੁਹਾਨੂੰ ਦੱਸ ਦਿੱਤਾ ਲਗਭਗ ਸਾਰੇ ਹੀ ਆ ਜਾਣਗੇ ਠੀਕ ਹੈ ਉਮਰ ਹੱਦ ਦੇ ਵਿੱਚ ਬਟ ਉਹ ਤੁਸੀਂ ਦੇਖਣਾ ਆਪਣਾ ਕਿ ਤੁਸੀਂ ਕਿਹੜੇ ਉਮਰ ਹੱਦ ਦੇ ਵਿੱਚ ਆ ਰਹੇ ਹੋ ਤੁਹਾਡੀ ਉਮਰ ਕਿਹਦੇ ਵਿੱਚ ਆ ਰਹੀ ਹੈ ਉਹ ਤੁਹਾਨੂੰ ਜਨਮ ਇੱਥੋਂ ਜਿਹੜੀਆਂ ਡੇਟਾ ਦਿੱਤੀਆਂ ਤੁਹਾਨੂੰ ਪਤਾ ਲੱਗ ਜਾਏਗਾ ਉਸ ਤੋਂ ਬਾਅਦ ਜੀ ਤੁਹਾਡੇ ਕੋਲ ਆਧਾਰ ਕਾਰਡ ਹੋਣਾ ਜ਼ਰੂਰੀ ਆ ਜਾਂ ਫਿਰ ਰੈਜ਼ੀਡੈਂਟ ਸਰਟੀਫਿਕੇਟ ਹੋਣਾ ਚਾਹੀਦਾ ਜਾਂ ਆਧਾਰ ਕਾਰਡ ਹੋਣਾ ਚਾਹੀਦਾ ਪੰਜਾਬ ਸਟੇਟ ਦਾ ਤੇ ਪੰਜਾਬ ਦਾ ਵਸਨੀਕ ਹੀ ਇਹਦੇ ਵਿੱਚ ਭਾਗ ਲੈ ਸਕਦਾ ਤੇ ਉਸ ਤੋਂ ਬਾਅਦ ਕੋਈ ਵੀ ਪਲੇਅਰ ਹੈ ਜਿਹੜਾ ਉਹ ਪਾਰਟਿਸਿਪੇਟ ਕਰ ਸਕਦਾ ਕਿਸੇ ਵੀ ਇੱਕ ਏਜ ਗਰੁੱਪ ਦੇ ਵਿੱਚ ਤੇ ਜਾਂ ਫਿਰ ਉਹ ਪਾਰਟਿਸਿਪੇਟ ਕਰ ਸਕਦਾ ਵੱਧ ਤੋਂ ਵੱਧ ਦੋ ਖੇਡਾਂ ਦੇ ਵਿੱਚ ਠੀਕ ਹੈ ਜੀ ਦੋ ਇਵੈਂਟਸ ਦੇ ਵਿੱਚ ਵੱਧ ਤੋਂ ਵੱਧ ਉਹ ਭਾਗ ਲੈ ਸਕਦਾ ਉਸ ਤੋਂ ਬਾਅਦ ਜਿੰਨੇ ਵੀ ਪਿੰਡਾਂ ਦੇ ਨੌਜਵਾਨਾ ਜਾਂ ਫਿਰ ਪਿੰਡਾਂ ਦੀਆਂ ਟੀਮਾਂ ਜਾਂ ਫਿਰ ਯੂਥ ਕਲੱਬ ਜਿਹੜੇ ਪਿੰਡਾਂ ਦੇ ਵਿੱਚ ਬਣੇ ਹੋਏ ਨੇ ਜਾਂ ਫਿਰ ਕੋਈ ਵੀ ਅਕੈਡਮੀਆ ਨੇ ਤਾ ਉਹ ਭਾਗ ਲੈ ਸਕਦੀਆਂ ਬਲਾਕ ਲੈਵਲ ਜਾਂ ਫਿਰ ਜ਼ਿਲ੍ਹਾ ਲੈਵਲ ਦੀਆਂ ਖੇਡਾਂ ਦੇ ਵਿੱਚ ਉਸ ਤੋਂ ਬਾਅਦ ਇਨ தி ਸਪੋਰਟਸਫੇਅਰ ਜਿਹੜੇ ਰੂਲ ਚੱਲਣਗੇ ਉਹ ਨੈਸ਼ਨਲ ਫੈਡਰੇਸ਼ਨ ਦੇ ਅਨੁਸਾਰ ਚੱਲਣਗੇ ਨੈਸ਼ਨਲ ਫੈਡਰੇਸ਼ਨ ਆਫ ਕੰਸਰਨਡ ਗੇਮਜ਼ ਉਹਦੇ ਅਨੁਸਾਰੇ ਚ ਰੂਲ ਜਿਹੜੇ ਲਾਗੂ ਹੋਣਗੇ ਤੇ ਡੋਪ ਟੈਸਟ ਜਿਹੜਾ ਕੀਤਾ ਜਾਏਗਾ ਖਿਡਾਰੀਆਂ ਦਾ ਤੇ ਉਹ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਖੇਡਾਂ ਦੇ ਦੌਰਾਨ ਤੇ ਰੈਫਰੀ ਦਾ ਜਿਹੜਾ ਡਿਸੀਜਨ ਆਫ ਫਾਈਨਲ ਹੋਏਗਾ ਰੈਫਰੀ ਦਾ ਫੈਸਲਾ ਫਾਈਨਲ ਹੋਏਗਾ ਤੇ ਜੇ ਕਿਸੇ ਨੂੰ ਕੋਈ ਇਤਰਾਜ਼ ਹੁੰਦਾ ਕਿਸੇ ਵੀ ਖੇਡ ਦੇ ਉੱਤੇ ਕੀ ਠੀਕ ਹੈ ਕੋਈ ਆਬਜੈਕਸ਼ਨ ਹੁੰਦੀ ਆ ਤਾਂ ਆਬਜੈਕਸ਼ਨ ਫੀਸ ਆ ਜਿਹੜੀ 1000 ਰੁਪਏ ਆਬਜੈਕਸ਼ਨ ਫੀਸ ਆ ਉੱਥੇ ਭਰ ਕੇ ਆਪਣਾ ਇਤਰਾਜ਼ ਜਿਹੜਾ ਜ਼ਾਹਰ ਕਰ ਸਕਦਾ ਤੇ ਕੋਈ ਵੀ ਟਰੈਵਲਿੰਗ ਦਾ ਪੱਤਾ ਵਗੈਰਾ ਨਹੀਂ ਦਿੱਤਾ ਜਾਏਗਾ ਉਹ ਤੁਸੀਂ ਆਪਣੇ ਲੈਵਲ ਤੇ ਕਰਨੀ ਆ ਤੇ ਉਸ ਤੋਂ ਬਾਅਦ ਇਸ ਸਪੋਰਟਸ ਕਿਟ ਵਗੈਰਾ ਤੁਹਾਡੇ ਕੋਲ ਹੋਣੀ ਚਾਹੀਦੀ ਆ ਜੇਕਰ ਤੁਸੀਂ ਟੀਮ ਦੇ ਤੌਰ ਤੇ ਪਾਰਟਿਸਿਪੇਟ ਕਰਨਾ ਠੀਕ ਆ ਕੋਈ ਐਸੀ ਖੇਡ ਆ ਜਿਹਦੇ ਵਿੱਚ ਤੁਸੀਂ ਟੀਮ ਲੈ ਕੇ ਜਾ ਰਹੇ ਹੋ ਪੂਰੀ ਤਾਂ ਕਿਟ ਵਗੈਰਾ ਤੁਹਾਡੇ ਕੋਲ ਹੋਣੀ ਚਾਹੀਦੀ ਆ ਤੇ ਜਿਹੜੀਆਂ ਪੈਰਾ ਗੇਮਸ ਨੇ ਪੈਰਾ ਗੇਮਸ ਤੋਂ ਭਾਵ ਹੈ ਕਿ ਐਸੇ ਜਿਹੜੇ ਆਪਣੇ ਹੈਗੇ ਆ ਬਚੰਦੇ ਜਿਹੜੇ ਫਿਜ਼ੀਕਲੀ ਹੈਂਡੀਕੈਪਡ ਆ ਠੀਕ ਹੈ ਤਾਂ ਉਹਨਾਂ ਦੇ ਲਈ ਅਲੱਗ ਤੋਂ ਜਿਹੜੀਆਂ ਡੇਟਾ ਆਉਣਗੀਆਂ ਉਹ ਆਪਣੇ ਆਪ ਹੀ ਵੇਟ ਕਰਨ ਤੇ ਉਸ ਤੋਂ ਬਾਅਦ ਦੋਸਤੋ ਜਿਹੜੀਆਂ ਸਟੇਟ ਲੈਵਲ ਦੀਆਂ ਨੇ ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਗੇਮਾਂ ਦੱਸਦਾ ਹੁਣ ਕਿਹੜੀਆਂ ਕਿਹੜੀਆਂ ਗੇਮਾਂ ਇਹਦੇ ਚ ਹੋਣੀਆਂ ਨੇ ਇਦੇ ਵਿੱਚ ਦੋਸਤੋ ਜਿਹੜੀਆਂ ਬਲਾਕ ਲੈਵਲ ਤੇ ਹੋਣੀਆਂ ਨੇ ਜਿਹਦੇ ਵਿੱਚ ਪਿੰਡਾਂ ਦੇ ਯੂਥ ਕਲੱਬ ਤੇ ਅਕੈਡਮੀਆ ਭਾਗ ਲੈ ਸਕਦੀਆਂ ਉਹਦੇ ਵਿੱਚ ਵਾਲੀਬਾਲ, ਐਥਲੈਟਿਕਸ, ਐਥਲੈਟਿਕਸ ਦੇ ਵਿੱਚ ਤੁਹਾਡੀਆਂ ਸਾਰੀਆਂ ਆ ਜਾਣੀਆਂ ਜਿਵੇਂ ਕੋਈ ਰਨਿੰਗ ਵਗੈਰਾ 100 ਮੀਟਰ, 400 ਮੀਟਰ, 800 ਮੀਟਰ, 1600 ਮੀਟਰ ਜਾਂ ਫਿਰ ਕੋਈ ਲੌਂਗ ਜੰਪ, ਹਾਈ ਜੰਪ, ਸ਼ਾਰਟ ਪੁੱਟ, ਡਿਸਕਸ ਹੈ ਠੀਕ ਹੈ ਤਾਂ ਉਹ ਸਾਰਾ ਇਹਦੇ ਵਿੱਚ ਆ ਜਾਣਾ। ਦੈਨ ਦੋਸਤੋ ਫੁੱਟਬਾਲ ਦੀ ਹੈ, ਉਸ ਤੋਂ ਬਾਅਦ ਕਬੱਡੀ ਹੈ, ਨੈਸ਼ਨਲ ਸਟਾਈਲ ਦੀ, ਉਸ ਤੋਂ ਬਾਅਦ ਖੋਖੋ ਹੈ ਤੁਹਾਡੀ ਬਲਾਕ ਲੈਵਲ ਦੀਆਂ ਖੇਡਾਂ ਨੇ। ਉਸ ਤੋਂ ਬਾਅਦ ਬਲਾਕ ਲੈਵਲ ਤੋਂ ਸਿਲੇਕਟ ਹੋਏ ਉਮੀਦਵਾਰ ਜ਼ਿਲ੍ਹਾ ਪੱਧਰ ਤੇ ਖੇਡਣਗੇ ਜ਼ਿਲ੍ਹਾ ਪੱਧਰ ਤੇ ਐਥਲੈਟਿਕਸ ਹੈ ਫੁੱਟਬਾਲ ਹੈ ਕਬੱਡੀ ਨੈਸ਼ਨਲ ਸਟਾਈਲ ਹੈ ਖੋਖੋ ਹੈ ਵਾਲੀਬਾਲ ਹੈ ਹੈਂਡਬਾਲ ਹੈ ਸੌਫਟਬਾਲ ਹੈ ਜੁਡੋ ਹੈ ਰੋਲਰ ਸਕੇਟਿੰਗ ਹੈ ਗੱਤਕਾ ਕਿੱਕ ਬਾਕਸਿੰਗ ਹਾਕੀ ਨੈੱਟਬਾਲ ਬੈਡਮਿੰਟਨ ਬਾਸਕਟਬਾਲ ਪਾਵਰ ਲਿਫਟਿੰਗ ਲੌਂ ਟੈਨਿਸ ਰੈਸਲਿੰਗ ਸਵਿਮਿੰਗ ਬਾਕਸਿੰਗ ਟੇਬਲ ਟੈਨਿਸ ਤੇ ਵੇਟ ਲਿਫਟਿੰਗ ਇਹ ਹੈਗਾ ਜੀ ਜ਼ਿਲ੍ਹਾ ਲੈਵਲ ਤੇ ਜਦੋਂ ਤੁਸੀਂ ਰਜਿਸਟ੍ਰੇਸ਼ਨ ਕਰੋਗੇ ਤਾਂ ਤੁਹਾਨੂੰ ਉੱਥੇ ਪੁੱਛੇਗਾ ਕਿ ਤੁਸੀਂ ਕਿਹੜੀ ਖੇਡ ਲਈ ਭਾਗ ਜਿਹੜਾ ਲੈਣਾ ਉਸ ਤੋਂ ਬਾਅਦ ਹੁਣ ਜਿਵੇਂ ਜੁੱਡੋ ਵਗੈਰਾ ਇਹ ਬਲਾਕ ਲੈਵਲ ਤੇ ਨਹੀਂ ਹੁੰਦੀ ਤਾਂ ਇਹ ਤੁਹਾਡੀ ਜ਼ਿਲ੍ਹਾ ਪੱਧਰ ਤੇ ਹੋਏਗੀ ਉਹ ਤੁਸੀਂ ਡੇਟਾ ਦੇਖ ਲੈਣੀ ਹੈ ਕਦੋਂ ਹੋਣੀ ਹੈ ਠੀਕ ਹੈ ਉਸ ਹਸਾਬ ਨਾਲ ਹੋਣੀ ਹੈ ਤੇ ਸਟੇਟ ਲੈਵਲ ਦੀਆਂ ਵਿੱਚ ਤੁਹਾਡੀਆਂ ਐਥਲੈਟਿਕਸ ਫੁੱਟਬਾਲ ਕਬੱਡੀ ਕਬੱਡੀ ਦੋਸਤੋ ਨੈਸ਼ਨਲ ਸਟਾਈਲ ਚਲਣੀ ਹੈ ਇਹਦੇ ਚ ਉਸ ਤੋਂ ਬਾਅਦ ਖੋਖੋ ਬਾਲੀਬਾਲ ਹੈਂਡਵਾਲ ਸੌਫਟਬਾਲ ਜੁੱਡੋ ਰੋਲਰ ਸਕੇਟਿੰਗ ਗੱਤਕਾ ਕਿਕ ਬਾਕਸਿੰਗ ਨੈਟਵਾਲ ਬੈਡਮਿੰਟਨ ਬਾਸਕਟਬਾਲ ਹਾਕੀ ਰੈਸਲਿੰਗ ਸਵਿਮਿੰਗ ਬਾਕਸਿੰਗ ਟੇਬਲ ਟੈਨਿਸ ਵੇਟ ਲਿਫਟਿੰਗ ਲਾਉਨ ਟੈਨਿਸ ਆਰਚਰੀ ਸ਼ੂਟਿੰਗ ਰੋਇੰਗ ਚੈਸ ਜਿਮਨਾਸਟਿਕ ਫੈਂਸਿੰਗ ਤੇ ਪਾਵਰ ਲਿਫਟਿੰਗ ਇਹ ਇਹ ਜਿਹੜੀਆਂ ਖੇਡਾਂ ਹੋਣੀਆਂ ਨੇ ਲਗਭਗ ਸਾਰੀਆਂ ਹੀ ਖੇਡਾਂ ਇਹਦੇ ਵਿੱਚ ਦੱਸੀਆਂ ਗਈਆਂ ਤੇ ਉਸ ਤੋਂ ਬਾਅਦ ਦੋਸਤੋ ਪ੍ਰਾਈਜ਼ ਮਨੀ ਦੀ ਗੱਲ ਕਰਦੇ ਹਾਂ ਇਨਾਮ ਕੀ ਮਿਲਣਾ ਜਿਹੜੇ ਤਾਂ ਜ਼ਿਲ੍ਹਾ ਪੱਧਰ ਤੇ ਕੰਪੀਟੀਸ਼ਨ ਹੋਣੇ ਆ ਸਾਰੇ ਉਮਰ ਵਰਗਾਂ ਦੇ ਇਹਨਾਂ ਦੇ ਲਈ ਪਹਿਲੀ ਦੂਜੀ ਤੀਜੀ ਪੋਜੀਸ਼ਨ ਕੱਢੀ ਜਾਣੀ ਆ ਤੇ ਸਰਟੀਫਿਕੇਟ ਮਿਲਣਾ ਜਿਹੜੇ ਜ਼ਿਲ੍ਹਾ ਪੱਧਰ ਤੇ ਕੰਪੀਟੀਸ਼ਨ ਹੋਣੇ ਉਹਨਾਂ ਦੇ ਲਈ ਤੇ ਜਿਹੜੇ ਹੋਣੇ ਆ ਜੀ ਸਟੇਟ ਲੈਵਲ ਤੇ ਰਾਜ ਪੱਧਰ ਦੇ ਕੰਪੀਟੀਸ਼ਨ ਆ ਉਹਦੇ ਵਿੱਚ ਅੰਡਰ 14 17 21 ਤੇ 21 ਟੂ 40 ਇਹ ਜਿਹੜੇ ਉਮਰ ਵਰਗ ਆ ਇਹਨਾਂ ਦੇ ਲਈ ਪਹਿਲੀ ਦੂਜੀ ਤੀਜੀ ਪੋਜੀਸ਼ਨ ਕੱਢੀ ਜਾਣੀ ਆ ਜਿਹਦੇ ਵਿੱਚ ਪਹਿਲੀ ਪੋਜੀਸ਼ਨ ਵਾਲੇ ਨੂੰ 10000 ਰੁਪਿਆ ਪਲੱਸ ਸਰਟੀਫਿਕੇਟ ਮਿਲਣਾ ਦੂਜੀ ਪੋਜੀਸ਼ਨ ਨੂੰ 7000 ਰੁਪਿਆ ਪਲੱਸ ਸਰਟੀਫਿਕੇਟ ਤੀਜੀ ਪੋਜੀਸ਼ਨ ਵਾਲੇ ਨੂੰ 5000 ਪਲੱਸ ਸਰਟੀਫਿਕੇਟ ਮਿਲਣਾ ਤੇ ਉਸ ਤੋਂ ਬਾਅਦ ਜੇ ਕੋਈ ਟੀਮ ਹੈ ਕੋਈ ਟੀਮ ਜਿੱਤਦੀ ਆ ਤਾਂ ਉਹਨਾਂ ਨੂੰ ਵੀ ਸੇਮ ਹੈ ਪਹਿਲੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ ਵੀ 10000 ਪਲੱਸ ਸਰਟੀਫਿਕੇਟ ਦੂਜੇ ਦੇ 7000 ਪਲੱਸ ਸਰਟੀਫਿਕੇਟ ਤੇ ਤੀਜੇ ਦੇ 5000 ਪਲੱਸ ਸਰਟੀਫਿਕੇਟ ਮਿਲਣਾ ਤੇ ਜਿਹੜੇ ਹੈਗੇ 41 ਤੋਂ 50 ਉਮਰ ਵਰਗ ਵਾਲੇ ਤੇ 50 ਤੋਂ ਉੱਪਰ ਵਾਲੇ ਉਹ ਜੇਕਰ ਪਹਿਲੀ ਦੂਜੀ ਤੀਜੀ ਪੋਜੀਸ਼ਨ ਆਉਂਦੀ ਹੈ ਤਾਂ ਉਹਨਾਂ ਨੂੰ ਸਰਟੀਫਿਕੇਟ ਜਿਹੜਾ ਮਿਲਣਾ ਤਾਂ ਇਹ ਪ੍ਰਾਈਜ਼ ਮਨੀ ਇਹਨਾਂ ਵੱਲੋਂ ਰੱਖੀ ਗਈ ਆ ਤਾਂ ਵਧੀਆ ਮੌਕਾ ਹੈ ਪ੍ਰਾਈਜ਼ ਬਣੀ ਵੀ ਲੈ ਸਕਦੇ ਹੋ ਆਪਣੇ ਆਪ ਨੂੰ ਖੇਡਾਂ ਦੇ ਵਿੱਚ ਅੱਗੇ ਵੀ ਲਿਜਾ ਸਕਦੇ ਹੋ ਕਿਉਂਕਿ ਇੱਥੋਂ ਹੀ ਖਿਡਾਰੀ ਜਿਹੜੇ ਅੱਗੇ ਚੁਣੇ ਜਾਣੇ ਆ ਠੀਕ ਹੈ ਜਿਹੜੇ ਵਧੀਆ ਪਰਫਾਰਮੈਂਸ ਕਰਨਗੇ ਉਹਨਾਂ ਨੂੰ ਪੰਜਾਬ ਸਰਕਾਰ ਅੱਗੇ ਫਰਦਰ ਚੁਣੇਗੀ ਅਗਲੇ ਪ੍ਰੋਸੈਸ ਵਾਸਤੇ ਤੇ ਉਸ ਤੋਂ ਬਾਅਦ ਜਿਉ ਹੁਣ ਜਿਵੇਂ ਰਜਿਸਟ੍ਰੇਸ਼ਨ ਤੁਸੀਂ ਕਿਵੇਂ ਕਰਨੀ ਆ ਰਜਿਸਟਰ ਤੇ ਕਲਿੱਕ ਕਰਨਾ ਜਿਹੜਾ ਉੱਪਰ ਲਿਖਿਆ ਰਜਿਸਟਰ ਇਹਦੇ ਕਲਿੱਕ ਕਰਨ ਤੋਂ ਬਾਅਦ ਜੇਕਰ ਪਹਿਲੀ ਆਪਸ਼ਨ ਤੇ ਜਾਓਗੇ ਜੇਕਰ ਤੁਸੀਂ ਇਕੱਲਾ ਆਪਣਾ ਭਰਨੀ ਆ ਆਪਣੀ ਇਕੱਲੇ ਦੀ ਰਜਿਸਟ੍ਰੇਸ਼ਨ ਕਰਨੀ ਆ ਤਾਂ ਇੰਡੀਵਿਜੂਅਲ ਤੇ ਕਲਿੱਕ ਕਰੋਗੇ ਆਪਣਾ ਨਾਮ ਮੋਬਾਈਲ ਨੰਬਰ ਈਮੇਲ ਆਈਡੀ ਲੌਗਇਨ ਆਈਡੀ ਤੇ ਪਾਸਵਰਡ ਇੱਥੇ ਭਰਨਾ ਹੈ ਠੀਕ ਹੈ ਲੌਗਇਨ ਆਈਡੀ ਆਪਣੇ ਅਨਸਾਰ ਤੁਸੀਂ ਕੁਝ ਵੀ ਭਰ ਸਕਦੇ ਹੋ ਤੇ ਪਾਸਵਰਡ ਵੀ ਆਪਣੇ ਅਨਸਾਰ ਰੱਖ ਸਕਦੇ ਹੋ ਪਾਸਵਰਡ ਉਹ ਰੱਖਣਾ ਕਿ ਜਿਹੜਾ ਤੁਹਾਨੂੰ ਯਾਦ ਰਹੇ ਲੌਗਇਨ ਕਰਨ ਵੇਲੇ ਤੇ ਜੇਕਰ ਤੁਸੀਂ ਸਕੂਲ ਦੇ ਤੌਰ ਤੇ ਇੰਸਟੀਟਿਊਸ਼ਨ ਦੇ ਤੌਰ ਤੇ ਆਪਣੀ ਰਜਿਸਟ੍ਰੇਸ਼ਨ ਕਰਾਉਣਾ ਚਾਹੁੰਦੇ ਹੋ ਮੰਨ ਲਓ ਸਕੂਲ ਦੀ ਕੋਈ ਟੀਮ ਹੈ ਉਹ ਆਪਣਾ ਕਰਾਉਣਾ ਚਾਹੁੰਦਾ ਸਕੂਲ ਦਾ ਨਾਮ ਠੀਕ ਹੈ ਜੀ ਤੇ ਮੋਬਾਈਲ ਨੰਬਰ ਈਮੇਲ ਆਈਡੀ ਪ੍ਰਿੰਸੀਪਲ ਦਾ ਨਾਮ ਠੀਕ ਹੈ ਉਹਦਾ ਡੈਜ਼ਿਗਨੇਸ਼ਨ ਕੀ ਹੈ ਓ ਐਚਐਮ ਹੈ ਹੈਡਮਾਸਟਰ ਹੈ ਪ੍ਰਿੰਸੀਪਲ ਹੈ ਲੌਗਇਨ ਆਈਡੀ ਤੇ ਪਾਸਵਰਡ ਐਵੇਂ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਨੀ ਆ ਤੇ ਉਸ ਤੋਂ ਬਾਅਦ ਲੌਗਇਨ ਕਰਨਾ ਹੈ ਰਜਿਸਟ੍ਰੇਸ਼ਨ ਜਦੋਂ ਹੋ ਗਈ ਲੌਗਇਨ ਕਰਨ ਤੋਂ ਬਾਅਦ ਆਪਣੀ ਪੂਰੀ ਬਾਕੀ ਦੀ ਡਿਟੇਲ ਭਰ ਦੇਣੀ ਆ ਤੇ ਇਹ ਸੀ ਜਾਣਕਾਰੀ ਪੰਜਾਬ ਖੇਡ ਮੇਲਾ 2022 ਦੀ ਜਿਹੜੇ ਜਿਹੜੇ ਵੀ ਸਬੰਧਤ ਉਮੀਦਵਾਰ ਹੈਗੇ ਆ ਭਾਗ ਲੈਣਾ ਚਾਹੁੰਦੇ ਹੋ ਲੈ ਸਕਦੇ ਬਹੁਤ ਹੀ ਵਧੀਆ ਮੌਕਾ ਖੇਡਾਂ ਦੇ ਵਿੱਚ ਆਪਣੇ ਆਪ ਨੂੰ ਅੱਗੇ ਲੈ ਜਾਣ ਦਾ ਤੇ ਸਰਕਾਰ ਵੀ ਇਹਦੇ ਵਿੱਚ ਜਿਹੜਾ ਪੂਰਾ ਤੁਹਾਡਾ ਸਾਥ ਦੇ ਰਹੀ ਆ ਤੇ ਬਾਕੀ ਦੇ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਜੁੜੇ ਰਹੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਧੰਨਵਾਦ ਦੋਸਤੋ ਸ਼ਾਸਿਕਾ